ਸਤਿ ਸ਼੍ਰੀ ਅਕਾਲ ਸਰ ਰੈਡੋ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਅੱਜ ਮੌਕਾ ਮਿਲਿਆ ਸੀ ਅਮਰਦੀਪ ਸਰ ਨਾਲ ਬੈਠਣ ਦਾ, ਅਤੇ ਕੁਛ ਵਿਚਾਰਾਂ ਕਰਦੇ ਹਾਂਗੇ ਰਿਗਾਰਡਿੰਗ ਵੀਜ਼ਾ ਦੇ। ਸਰ ਹਾਂਜੀ ਸਰ, ਕੁਛ ਲੋਕਾਂ ਦੇ ਕੁਐਸਚਨ ਹੈਗੇ ਦੁਬਈ ਜੋਬ ਬਾਰੇ, ਉਹਦੇ ਰਿਗਾਰਡਿੰਗ ਥੋੜ੍ਹਾ ਦੱਸੋ ਆਪਾਂ ਨੂੰ ਕਿਵੇਂ ਆਪਾਂ। ਥੈਂਕ ਯੂ। ਜਿਹੜੀ ਦੁਬਈ ਜੋਬ ਹੈ ਐਟ ਪ੍ਰੈਜੈਂਟ, ਉਹ ਕਾਫੀ ਟਾਈਪ ਦੀ ਮਿਲ ਰਹੀ ਹੈ। ਅਗਰ ਤਾਂ ਬੰਦਾ ਫਰੈਸ਼ਰ ਹੈ ਉਹ ਜਾ ਸਕਦਾ ਹੈਲਪਰ ਨੂੰ, ਹੈਲਪਰ 'ਚ ਜਾ ਸਕਦਾ। ਅਗਰ ਜਿਹਨੂੰ ਕੋਈ ਕੰਮ ਆਉਂਦਾ, ਮੰਨ ਲਓ ਕਿਸੇ ਨੂੰ ਲੱਕੜ ਦਾ ਕੰਮ ਆਉਂਦਾ ਇੱਥੇ ਇੰਡੀਆ 'ਚ, ਉਹਨੂੰ 1 ਸਾਲ ਦਾ ਵੀ ਐਕਸਪੀਰੀਅੰਸ ਹੈ, ਉਹ ਕਾਰਪੈਂਟਰ 'ਚ ਜਾ ਸਕਦਾ। ਠੀਕ। ਇਸ ਤੋਂ ਇਲਾਵਾ ਬਾਕੀ ਜਿਹੜੀ ਮਸ਼ਹੂਰ ਕੈਟੇਗਰੀਜ਼ ਹੋਰ ਆ, ਜਿਵੇਂ ਕੋਈ ਪਲੰਬਰ ਹੋ ਗਿਆ ਜਿਹਨੂੰ ਥੋੜ੍ਹਾ ਬਹੁਤਾ ਬਿਜਲੀ ਦਾ ਕੰਮ ਆਉਂਦਾ, ਇਸ ਤਰ੍ਹਾਂ ਫਿਰ ਉਹਨੂੰ ਕਹਿ ਦਿੰਦੇ ਸਕਿਲਡ ਲੇਬਰ ਜਾਂ ਸਕਿਲਡ ਮੈਨ ਪਾਵਰ। ਅਤੇ ਇਸ ਤਰ੍ਹਾਂ ਦੋ ਨੇ, ਸਕਿਲਡ ਅਤੇ ਅਨਸਕਿਲਡ। ਸਰ ਜਿਹੜਾ ਸਕਿਲਡ ਦੀ ਤੁਸੀਂ ਗੱਲ ਕੀਤੀ ਕਿ ਉਹਦਾ ਆਪਾਂ ਨੂੰ ਕੋਈ ਡਾਕੂਮੈਂਟ ਵੀ ਦੇਣਾ ਪਊਗਾ ਕਿ ਕੋਈ ਐਕਸਪੀਰੀਅੰਸ ਲੈਟਰ ਵਗੈਰਾ ਜਾਂ ਕੁਛ ਇਹਦੇ ਰਿਗਾਰਡਿੰਗ, ਕਿ ਕਿੱਦਾਂ ਤਾਂ ਲੱਗੇਗਾ ਵੀ ਇਹ ਫਰੈਸ਼ਰ ਆ ਗਏ ਐਕਸਪੀਰੀਅੰਸ ਹੋਲਡਰ ਆ। ਜੀ ਜੀ। ਤੋ ਸਕਿਲਡ ਦਾ ਜੋ ਹੈ, ਇੱਕ ਤਾਂ ਹੈ ਕਿ ਡਾਕੂਮੈਂਟ ਮੰਨ ਲਓ ਕਿਸੇ ਕੋਲ ਨਹੀਂ ਹੈ ਇਸ ਟਾਈਮ, ਠੀਕ ਹੈ, ਉਹਦੀ ਅਸੀਂ ਹੈਲਪ ਕਰਾਂਗੇ ਉਸ ਡਾਕੂਮੈਂਟ ਨੂੰ ਦੇ ਬਾਰੇ ਗਾਈਡੈਂਸ ਜਾਂ ਬਣਵਾਉਣ 'ਚ। ਠੀਕ ਹੈ। ਉਹਦੀ ਜੋ ਵੀ ਉਹਦੀ ਕਾਗਜ਼ੀ ਕਾਰਵਾਈ ਹੈ ਉਹਦੇ 'ਚ ਉਹਨੂੰ ਪੂਰੀ ਉਹਦੀ ਹੈਲਪ ਕੀਤੀ ਜਾਏਗੀ। ਓਕੇ। ਇਹਦੇ ਵਿੱਚ ਸਰ ਸੈਲਰੀ ਵਗੈਰਾ ਕਿੰਨੀ ਹੋਏਗੀ ਹੈਲਪਰ ਦੀ? ਠੀਕ, ਆਪਾਂ ਹੈਲਪਰ ਦੀ ਗੱਲ ਕਰ ਲਈਏ, ਹੈਲਪਰ ਦੀ ਕਿੰਨੀ ਸੈਲਰੀ ਹੋਏਗੀ? ਜੀ ਜੀ। ਜਿਹੜਾ ਤਾਂ ਹੈਲਪਰ ਹੈ, ਮੰਨ ਲਓ ਉਹ ਫਰੈਸ਼ਰ ਹੈ, ਉਹਨੂੰ ਹਜੇ ਕੁਛ ਨਹੀਂ ਆ ਰਿਹਾ ਕੰਮ, ਉਹ ਬੰਦੇ ਨੂੰ ਤਕਰੀਬਨ ਇੰਡੀਆ ਦੇ ਹਿਸਾਬ ਨਾਲ 20-22 ਇਸ ਤਰ੍ਹਾਂ ਹਜ਼ਾਰ ਇੰਨਾ ਕੁ ਅਵੇਲੇਬਲ ਹੋ ਜਾਏਗਾ। ਇਨਕਲੂਡ ਓਵਰ ਟਾਈਮ ਕਿ ਜਾਂ ਮਤਲਬ ਕਿ ਵਿਦਆਊਟ ਓਵਰ ਟਾਈਮ? ਨਹੀਂ, ਪਹਿਲਾਂ ਆਪਾਂ ਗੱਲ ਕਰਦੇ ਹਾਂ ਵਿਦਆਊਟ ਓਵਰ ਟਾਈਮ। ਵਿਦਆਊਟ ਓਵਰ ਟਾਈਮ ਉਹਨੂੰ 18,000-20,000 ਮਿਲ ਜਾਏਗਾ। ਠੀਕ ਹੈ। ਅਤੇ ਉੱਥੋਂ ਅਗਰ ਓਵਰ ਟਾਈਮ ਉਹ ਕਰਦਾ ਤਾਂ ਇਹਦੇ ਤੋਂ ਫਿਰ ਉੱਪਰ ਨਹੀਂ ਚੜ ਜਾਏਗਾ ਥੋੜ੍ਹਾ। ਠੀਕ ਠੀਕ ਠੀਕ। ਅਤੇ ਇਹਦੇ ਵਿੱਚ ਸਰ ਜਿਹੜਾ ਵੀਜ਼ਾ ਹੈਗਾ ਵਾਗਾ ਉਹ ਕਿੰਨੇ ਚਿਰ ਦਾ ਰਹੇਗਾ? ਇਹ ਐਕਚੁਲੀ ਜਿਹੜੇ ਵੀਜ਼ੇ ਨੇ, ਇੱਕ ਕੈਟੇਗਰੀ ਤਾਂ ਇਹ ਹੈ ਜਿਹਦਾ 2 ਸਾਲ ਦਾ ਲੱਗਦਾ ਵੀਜ਼ਾ। ਠੀਕ ਹੈ। 2 ਸਾਲ ਦਾ ਵਰਕ ਪਰਮਿਟ ਉਹਨੂੰ ਕਹਿ ਦਿੰਦੇ ਨੇ, ਅਤੇ ਦੁਬਈ ਇਹਨਾਂ ਵਾਲੀ ਦੇਸ਼ਾਂ ਵਾਲੀ ਸਾਈਡ ਲੱਗਦਾ। ਅੱਛਾ, ਅਰਬ ਕੰਟਰੀ ਹੈ। ਜੀ ਜੀ। ਠੀਕ ਠੀਕ। ਅਤੇ ਇਹ ਇੱਕ ਵਾਰੀ ਜੇ ਲੱਗ ਜਾਏ ਉਹ ਤੋਂ ਬਾਅਦ ਜੇ ਮਨ ਤੁਹਾਡਾ ਮੁੱਕ ਜਾਂਦਾ, ਮਤਲਬ 2 ਸਾਲ ਬਾਅਦ, ਤਾਂ ਬਹੁਤ ਹੀ ਘੱਟ ਖਰਚੇ 'ਚ ਜਾਂ ਕਹਿ ਲਓ ਨਾ ਮਾਤਰ ਖਰਚੇ 'ਚ। ਠੀਕ ਠੀਕ ਠੀਕ। ਅੱਗੇ ਵੱਧ ਜਾਂਦਾ। ਬਿਲਕੁਲ। ਅਤੇ ਇਹ ਸਰ ਜਿਹੜੇ ਆਪਣੇ ਸਰੋਤੇ ਸੁਣ ਰਹੇ ਆਪਾਂ ਨੂੰ, ਉਹ ਤੁਹਾਡੇ ਤੱਕ ਅਪਰੋਚ ਕਿਵੇਂ ਕਰਨਾ? ਜੀ, ਸਭ ਤੋਂ ਇੱਕ ਵਧੀਆ ਤਰੀਕਾ ਅਪਰੋਚ ਕਰਨ ਦਾ ਕਿ ਤੁਸੀਂ ਆਪਣਾ ਨਾਮ ਅਤੇ ਫੋਨ ਨੰਬਰ ਪਲੱਸ ਜਿਹੜੇ ਪਿੰਡ ਤੋਂ ਤੁਸੀਂ ਬਿਲੋਂਗ ਕਰਦੇ ਹੋ ਜਾਂ ਜਿੱਥੋਂ ਤੁਸੀਂ ਹੈਗੇ ਹੋ ਉੱਥੇ ਕਮੈਂਟ 'ਚ ਪਾ ਦਿਓ। ਓਕੇ ਓਕੇ, ਚਲੋ ਠੀਕ ਹੈ ਸਰ, ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਬੈਸਟ ਵਿਸ਼ਸ।